ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਦੇ ਬਾਰੇ ਵਿੱਚ ਸੁਣਿਆ ਜਾਂ ਦੇਖਿਆ ਉਹ ਵੇਗਾ ਜੋ ਸ਼ੈਤਾਨੀ ਆਤਮਾਵਾਂ ਦਾ ਖਾਤਮਾ ਕਰਦੇ ਹਨ ਅਤੇ ਜੇਕਰ ਕਿਸੇ ਇਨਸਾਨ ਉੱਤੇ ਕਿਸੇ ਬਾਹਰੀ ਸ਼ੈਦ ਦਾ ਵਾਸਾ ਹੁੰਦਾ ਹੈ ਤਾਂ ਉਹ ਉਸ ਚੀਜ਼ ਨੂੰ ਉਸ ਇਨਸਾਨ ਦੇ ਮਗਰੋਂ ਲਾ ਦਿੰਦੇ ਹਨ ਅੱਜ ਅਸੀਂ ਆਪਣੀ ਇਸ ਵੀਡੀਓ ਦੌਰਾਨ ਤੁਹਾਡੇ ਨਾਲ ਇੱਕ ਅਜਿਹੇ ਇਨਸਾਨ ਦੇ ਬਾਰੇ ਵਿੱਚ ਗੱਲ ਕਰਾਂਗੇ ਜੋ ਮਰੇ ਹੋਏ ਲੋਕਾਂ ਦੇ ਨਾਲ ਗੱਲਾਂ ਕਰਦਾ ਹੈ ਦਰਅਸਲ ਹਰਿਆਣੇ ਦੇ ਵਿੱਚ ਇੱਕ ਲੜਕਾ ਰਹਿੰਦਾ ਹੈ ਜਿਸ ਦਾ ਨਾਮ ਬਲਜਿੰਦਰ ਸਿੰਘ ਸੀ ਉਹ ਲੜਕਾ ਰੱਬ ਦਾ ਨਾਮ ਬਹੁਤ ਜ਼ਿਆਦਾ ਲੈਂਦਾ ਹੈ ਅਤੇ ਹਰ ਸਮੇਂ ਰੱਬ ਨੂੰ ਯਾਦ ਕਰਦਾ ਰਹਿੰਦਾ ਹੈ ਉਸ ਲੜਕੇ ਉੱਤੇ ਰੱਬ ਦੀ ਐਨੀ ਕਿਰਪਾ ਹੈ ਕਿ ਉਹ ਕਿਸੇ ਇਨਸਾਨ ਨੂੰ ਦੇਖ ਕੇ ਉਸ ਦੇ ਆਉਣ ਵਾਲੇ ਭਵਿੱਖ ਦੇ ਬਾਰੇ ਵਿੱਚ ਦੱਸ ਦਿੰਦਾ ਹੈ ਅਤੇ ਉਹ ਬਚਪਨ ਤੋਂ ਹੀ ਰੱਬ ਦੇ ਨਾਮ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਉਸ ਉੱਤੇ ਰੱਬ ਦੀ ਐਨੀ ਕਿਰਪਾ ਹੈ ਕਿ ਜਦੋਂ ਵੀ ਕਿਸੇ ਇਨਸਾਨ ਨੂੰ ਕੋਈ ਬਾਹਰੀ ਸ਼ੈਅ ਘੇਰ ਲੈਂਦੀ ਹੈ ਤਾਂ ਉਹ ਹਰ ਉਸ ਇਨਸਾਨ ਨੂੰ ਠੀਕ ਕਰ ਦਿੰਦਾ ਹੈ ਅਤੇ ਹਰ ਕੋਈ ਉਸ ਨੂੰ ਉਸ ਲੜਕੇ ਕੋ ਲੈ ਕੇ ਆਉਂਦਾ ਹੈ ਉਹ ਉਸ ਇਨਸਾਨ ਵਿੱਚ ਸ਼ਾਮਿਲ ਹੋਈ ਉਸ ਸ਼ੈਤਾਨੀ ਆਤਮਾ ਦੇ ਨਾਲ ਗੱਲਾਂ ਕਰਦਾ ਹੈ ਅਤੇ ਉਸ ਕੋਲੋਂ ਉਸ ਇਨਸਾਨ ਨੂੰ ਤੰਗ ਕਰਨ ਦੀ ਵਜ੍ਹਾ ਬਾਰੇ ਪੁੱਛਦਾ ਹੈ ਅਤੇ ਉਹ ਉਹਨਾਂ ਆਤਮਾਵਾਂ ਨੂੰ ਦੇਖ ਵੀ ਸਕਦਾ ਹੈ ਇਸ ਤੋਂ ਇਲਾਵਾ ਉਹ ਅੱਜ ਤੋਂ ਕਈ ਸਾਲ ਪਹਿਲਾਂ ਮਰੇ ਲੋਕਾਂ ਨੂੰ ਕਿਸੇ ਵੀ ਜਿੰਦਾ ਇਨਸਾਨ ਦੀ ਬੋਡੀ ਵਿੱਚ ਬੁਲਾ ਲੈਂਦਾ ਹੈ ਅਤੇ ਉਸ ਨਾਲ ਗੱਲਾਂ ਕਰਦਾ ਹੈ ਅਤੇ ਬਿਲਕੁਲ ਵੀ ਨਹੀਂ ਡਰਦਾ ਇੱਕ ਵਾਰ ਦੀ ਗੱਲ ਹੈ ਕਿ ਉਹ ਪੰਜਾਬ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਉੱਥੇ ਉਸ ਨੂੰ ਮਿਲਣ ਦੇ ਲਈ ਕੁਝ ਲੋਕ ਆਏ ਉੱਥੇ ਕੋਈ ਇਨਸਾਨ ਸੀ ਜੋ ਕਾਫੀ ਸਮੇਂ ਤੋਂ ਬਿਮਾਰ ਸੀ ਉਸ ਨੂੰ ਉਸ ਕੋਲ ਲਿਆਂਦਾ ਗਿਆ ਉਸ ਦੇ ਕਰਵਾਲਿਆਂ ਨੇ ਉਸ ਨੂੰ ਪੂਰੀ ਗੱਲ ਦੱਸੀ ਕਿ ਸਾਡਾ ਕੋਈ ਰਿਸ਼ਤੇਦਾਰ ਸੀ ਜਿਸ ਦੀ ਇੱਕ ਭਿਆਨਕ ਬਿਮਾਰੀ ਦੇ ਨਾਲ ਮੌਤ ਹੋ ਗਈ ਸੀ ਹੁਣ ਉਹ ਬਿਮਾਰੀ ਸਾਡੇ ਲੜਕੇ ਨੂੰ ਲੱਗ ਚੁੱਕੀ ਹੈ ਜਿਸ ਕਰਕੇ ਇਸ ਦੀ ਹਾਲਤ ਬਹੁਤ ਖਰਾਬ ਰਹੀਦੀ ਹੈ ਉਸ ਲੜਕੇ ਨੇ ਕਿਹਾ ਕਿ ਇਸ ਨੂੰ ਇਹ ਬਿਮਾਰੀ ਇਸ ਲਈ ਲੱਗੀ ਹੈ ਕਿਉਂਕਿ ਉਹ ਮਰਿਆ ਹੋਇਆ ਇਨਸਾਨ ਇਸ ਦੇ ਪਿੱਛੇ ਲੱਗਿਆ ਹੋਇਆ ਹੈ ਇਹ ਸੁਣ ਕੇ ਸਾਰੇ ਕਹਿਣ ਲੱਗ ਪਏ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਐਵੇਂ ਸਾਨੂੰ ਵਿਅਮਾ ਵਿੱਚ ਪਾ ਰਿਹਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਯਕੀਨ ਦਿਵਾਉਣ ਦੇ ਲਈ ਉਸ ਲੜਕੇ ਨੇ ਉਸ ਬਿਮਾਰ ਲੜਕੇ ਦੇ ਵਿੱਚ ਉਸ ਮਰੇ ਹੋਏ ਇਨਸਾਨ ਨੂੰ ਬੁਲਾਇਆ ਅਤੇ ਉਹਨੇ ਸਾਰਿਆਂ ਸਾਹਮਣੇ ਸਵੀਕਾਰ ਕੀਤਾ ਕਿ ਹਾਂ ਮੈਂ ਤੁਹਾਡੇ ਲੜਕੇ ਦੇ ਮਗਰ ਲੱਗਿਆ ਹੋਇਆ ਹਾਂ ਮੈਂ ਇਸ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ ਇਹ ਸੁਣ ਕੇ ਸਾਰੇ ਡਰ ਗਏ ਪਰ ਉਸ ਲੜਕੇ ਨੇ ਉਸ ਮਰੇ ਹੋਏ ਇਨਸਾਨ ਤੋਂ ਉਸ ਲੜਕੇ ਦਾ ਪਿੱਛਾ ਛੁੜਵਾ ਦਿੱਤਾ ਅਤੇ ਉਹ ਬਿਲਕੁਲ ਠੀਕ ਹੋ ਗਿਆ। ਇਸ ਤਰ੍ਹਾਂ ਉਹ ਲੜਕਾ ਬਿਨਾਂ ਕਿਸੇ ਡਰ ਤੋਂ ਅਜਹੀਆਂ ਚੀਜ਼ਾਂ ਨੂੰ ਦੇਖਦਾ ਹੈ ਅਤੇ ਉਹਨਾਂ ਦੇ ਨਾਲ ਗੱਲਾਂ ਕਰਦਾ ਹੈ। ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।